ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੇਰੇ ਚੈਨਲ 'ਤੇ ਤੁਹਾਡਾ ਸਵਾਗਤ ਹੈ। ਪਲੀਜ਼ ਜੇ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ। ਅੱਜ ਦਿਨ ਹੈਗਾ ਜੀ ਸ਼ੁੱਕਰਵਾਰ ਦਾ। ਅੱਜ ਆਪਾਂ ਚੱਲੇ ਹਾਂ ਜੀ ਚੀਮਾ ਸਾਹਿਬ, ਉਸ ਤਾਂ ਬਾਬਾ ਆਤਰ ਸਿੰਘ ਜੀ ਦਾ ਜਨਮ ਦਿਹਾੜਾ। ਆਪਾਂ ਉੱਥੇ ਚੱਲਦੇ ਹਾਂ ਜੀ, ਮੱਥਾ ਟੇਕ ਕੇ ਆਵਾਂਗੇ। ਅਤੇ ਪਿੰਦਰ ਦਾ ਅੱਜ ਪੇਪਰ ਹੈ, ਸਕੂਲ ਗਿਆ ਹੋਇਆ, ਅਤੇ ਪੀਤੀ ਚੱਲੀ ਆਪਣੇ ਨਾਲ। ਚਲੋ ਜੀ ਆਪਾਂ, ਚਲੋ ਜੀ ਆਪਾਂ ਪਹੁੰਚ ਗਏ ਚੀਮਾ ਸਾਹਿਬ, ਅਤੇ ਇੱਥੇ ਆਪਾਂ ਮੱਥਾ ਟੇਕਾਂਗੇ ਹੁਣ। ਇੱਥੇ ਸਰੋਵਰ ਦੇ ਵਿੱਚ ਹੱਥ ਪੈਰ ਧੋ ਕੇ, ਅਤੇ ਇਸ ਤੋਂ ਬਾਅਦ ਆਪਾਂ ਮੱਥਾ ਵੀ ਟੇਕਣਾ, ਅਤੇ ਨਾਲ ਆਪਣੇ ਬੱਚੇ ਆਏ ਨੇ। ਅੱਜ ਆਪਾਂ ਨਗਰ ਕੀਰਤਨ ਵੱਲ ਨਹੀਂ ਜਾਵਾਂਗੇ। ਥੋੜ੍ਹਾ ਜਿਹਾ ਮੇਰੀ ਲੱਤ ਦੀ ਪ੍ਰੋਬਲਮ ਕਰਕੇ ਮੈਨੂੰ ਤੁਰਨਾ ਔਖਾ ਲੱਗਦਾ। ਪਹਿਲਾਂ ਸਾਡੀ ਬਿਲਕੁਲ ਸਲਾਹ ਨਹੀਂ ਹੈਗੀ ਤੀ ਆਉਣ ਦੀ, ਬਸ ਫਿਰ ਐਟ ਏ ਟਾਈਮ ਬੱਚਿਆਂ ਨੇ ਉਹ ਕਰ ਲਿਆ ਵੀ ਅਸੀਂ ਨੇ ਜਾਣਾ। ਮੈਂ ਕਿਹਾ ਚੱਲ ਥੋੜ੍ਹਾ ਟਾਈਮ ਆਪਾਂ ਗੇੜਾ ਦਵਾ ਲਿਆਉਂਦੇ ਹਾਂ। ਇਸ ਕਰਕੇ ਇੱਥੇ 3 ਦਿਨ ਮੇਲਾ ਭਰਨਾ ਜੀ, 15, 16, 17 ਨੂੰ ਇੱਥੇ ਭੋਗ ਪੈਣਗੇ। ਅਸੀਂ ਪਿੰਡ ਵੱਲੋਂ ਪਹਿਲਾਂ ਵੱਧ ਆਉਂਦੇ ਹੁੰਦੇ, ਹੁਣ ਵਿੱਚ ਦੀ 2-3 ਸਾਲਾਂ ਦੇ ਫੇਰ ਆਉਣ ਲੱਗ ਗਏ। ਪਹਿਲਾਂ ਵਿੱਚ ਦੀ 6-7 ਸਾਲ ਅਸੀਂ ਜਮ੍ਹਾਂ ਨਹੀਂ ਆਏ, ਅਤੇ ਸਾਨੂੰ ਪਤਾ ਹੀ ਨਹੀਂ ਲੱਗਦਾ ਸੀ ਕਦੋਂ ਮੇਲਾ ਲੰਘ ਜਾਂਦਾ ਸੀ। ਅਤੇ ਹੁਣ ਆਪਾਂ ਬਸ ਮੱਥਾ ਟੇਕ ਕੇ ਇੱਥੋਂ ਪ੍ਰਸ਼ਾਦਾ ਪਾਣੀ ਛੱਕ ਕੇ, ਜਿਹੜਾ ਬੱਚਿਆਂ ਨੇ ਕੋਈ ਚੀਜ਼ ਲੈਣੀ ਹੈ ਲੈ ਕੇ ਚਲੇ ਜਾਣਗੇ। ਇਹ ਇੱਥੇ ਇੱਕ ਇੱਥੇ ਭਰਦਾ ਜੀ, ਇੱਕ ਮਸਤੂਆਣਾ ਸਾਹਿਬ ਭਰਦਾ, ਉਹ ਵੀ ਸੰਤ ਬਾਬਾ ਆਤਰ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਜਾਂਦਾ ਜੀ। ਇੱਥੇ ਵੀ ਦੇਖੋ ਜੀ, ਇੱਥੇ ਇਹ ਸਰੋਵਰ ਬਣਿਆ ਹੋਇਆ ਬਹੁਤ ਵੱਡਾ, ਅਤੇ ਆਪਾਂ ਇੱਥੇ ਹਰ ਸਾਲ ਉਹਦਾ ਮੱਸਿਆ ਵੀ ਭਰਦੀ ਹੈ। ਜਦੋਂ ਵੀ ਆਪਾਂ ਨੂੰ ਟਾਈਮ ਲੱਗਦਾ ਤਾਂ ਆਪਾਂ ਉਦੋਂ ਇੱਥੇ ਮੱਥਾ ਟੇਕ ਜਾਂਦੇ ਹਾਂ। ਇਹ ਆਪਣੇ ਪੇਕੇ ਸਹੁਰਿਆਂ ਦਾ ਸਾਂਝਾ ਮੇਲਾ ਜੀ, ਮੈਨੂੰ ਪਿੰਡੋਂ ਵੀ ਉਨੇ ਹੀ ਉਹ ਲੱਗਦਾ, ਅਤੇ ਇੱਧਰੋਂ ਵੀ ਆਪਾਂ ਨੂੰ ਉਨੀ ਮਿੰਟਾਂ ਦਾ ਰਸਤਾ ਉਨਾ ਹੀ ਉੱਧਰੋਂ ਲੱਗਦਾ। ਤਾਂ ਕਰਕੇ ਆਪਾਂ ਇਹ ਨਹੀਂ ਹੁੰਦਾ ਵੀ ਮੇਲੇ ਕਰਕੇ ਆਪਾਂ ਪਿੰਡ ਜਾਵਾਂਗੇ, ਬਸ ਆਪਾਂ ਇੱਧਰੋਂ ਹੀ ਬਾਕੀ ਘਰਾਂ ਦੇ ਵਿੱਚ ਇਕੱਲੇ ਹਾਂ ਜੀ, ਬਹੁਤ ਔਖਾ ਹੋ ਜਾਂਦਾ। ਅਤੇ ਚਲੋ ਜੀ ਆਪਾਂ ਹੁਣ ਇੱਥੇ 5 ਇਸ਼ਨਾਨਾ ਕਰ ਲਿਆ, ਉਦੋਂ ਬਾਅਦ ਆਪਾਂ ਮੱਥਾ ਟੇਕਾਂਗੇ ਗੁਰੂ ਘਰ, ਫਿਰ ਪ੍ਰਸ਼ਾਦਾ ਪਾਣੀ ਛੱਕ ਕੇ ਜੋ ਵੀ ਬੱਚਿਆਂ ਨੇ ਕੁਛ ਲੈਣਾ ਹੈ ਆਪਦਾ ਲੈ ਲੈਣਗੇ। ਉਹ ਤਾਂ ਚੱਲ ਜੀ ਰਹਿ ਨਹੀਂ ਬਣਿਆ, ਉਹ ਨਹੀਂ ਕਿੰਨਾ ਸੋਹਣਾ ਬਣਾਤਾ, ਹੈ ਨਾ, ਕਿੰਨਾ ਸੋਹਣਾ ਬਣ ਗਿਆ। ਅਮਨ ਇੱਥੇ ਇੱਕ ਉਹ ਵੀ ਆਪਾਂ ਦੇਖ ਕੇ ਜਾਂਦੇ ਨਾ, ਭੋਰਾ ਆਪਣੀ ਹੱਥ ਧੋਣਾ। ਡਰ ਲੱਗਦਾ ਬੜਾ ਉੱਚਾ ਵਾਲਾ ਵਗ ਜਾਂਦਾ। ਆਪਣੇ ਦਿਲ ਨੀ ਹੈਗੇ ਏਡੇ ਏਡੇ, ਹਾਂ ਚੱਲੀ ਨੀ ਉਈ ਚੀਕਾਂ ਮਰ ਜਾਂਦੇ ਤੁਸੀਂ ਦੇਖ ਲਾ। ਲੈ ਚਲੋ ਲੈ ਵੀ ਇਹ ਤਾਂ ਦਲੇਰ ਹੈ। ਬੈਠ ਵੀ ਉੱਥੇ ਵੀ ਗੱਲੀ ਹੋ ਗਈ ਨਾ ਭਾਣੇ। ਐਸਾ ਦਿਲ ਵੀ ਕਿਸੇ ਦਾ ਹੀ ਹੁੰਦਾ ਨਾ। ਚਲੋ ਜੀ ਆਪਾਂ ਇੱਧਰ ਬਾਹਰਲੇ ਘਰ ਗੁਰੂ ਘਰ ਦੇ ਵਿੱਚ ਮੱਥਾ ਟੇਕ ਲਿਆ, ਅਤੇ ਬੱਚਿਆਂ ਨੇ
ਝੂਟੇ ਲੈ ਲਏ ਜੀ, ਅਸੀਂ ਨੇ ਵੀ ਕਿਸ਼ਤੀ 'ਤੇ ਲੈ ਲਏ ਪਰ ਡਰ ਬਹੁਤ ਲੱਗਿਆ। ਆਪਾਂ ਹੁਣ ਪਹੁੰਚ ਗਏ ਜੀ ਅੰਦਰਲੇ ਗੁਰੂ ਘਰ। ਇਹ ਜਿਹੜੀ ਗੱਡੀ ਖੜ੍ਹੀ ਹੈ ਜੀ, ਇਹ ਸੰਤ ਬਾਬਾ ਅਤਰ ਸਿੰਘ ਜੀ ਦੀ ਗੱਡੀ ਹੈ। ਇਹ ਜਦੋਂ ਵੀ ਇੱਥੇ ਜੋੜ ਮੇਲਾ ਹੁੰਦਾ ਇੱਥੇ ਖੜ੍ਹਾਈ ਹੁੰਦੀ ਹੈ ਅੰਦਰਲੇ ਗੁਰੂ ਘਰ ਦੇ ਵਿੱਚ। ਜੇ ਤੁਸੀਂ ਨੇ ਦਰਸ਼ਨ ਕਰਨੇ ਹੋਣ ਤਾਂ ਜਾ ਕੇ ਕਰ ਸਕਦੇ ਹੋ। ਅਤੇ ਇੱਧਰ ਆਪਾਂ ਹੁਣ ਅੰਦਰਲੇ ਗੁਰੂ ਘਰ ਦੇ ਵਿੱਚ ਮੱਥਾ ਟੇਕਾਂਗੇ ਜੀ। ਮੱਥਾ ਟੇਕ ਕੇ ਉਸ ਤੋਂ ਬਾਅਦ ਆਪਾਂ ਬਸ ਇਸ ਤੋਂ ਬਾਅਦ ਹੌਲੀ ਹੌਲੀ ਥੋੜ੍ਹਾ ਮੋਟਾ ਇੱਥੇ ਹੋਰ ਜਿਹੜਾ ਬੱਚਿਆਂ ਨੇ ਇੰਜੋਏ ਕਰਨਾ ਉਹ ਕਰ ਲੈਣਗੇ। ਫਿਰ ਆਪਾਂ ਚਾਲੇ ਪਾਵਾਂਗੇ ਜੀ ਘਰ ਨੂੰ। ਟਾਈਮ ਬਹੁਤ ਹੋ ਗਿਆ, 12:30 ਵੱਜ ਗਏ ਨੇ। ਇੱਥੇ ਕੁਛ ਕੁ ਫੋਟੋਆਂ ਲੱਗੀਆਂ ਹੋਈਆਂ ਦੀਆਂ, ਆਪਾਂ ਉਹਨਾਂ ਦੇ ਦਰਸ਼ਨ ਕੀਤੇ ਨੇ, ਇਤਿਹਾਸ ਬਾਰੇ ਪੜ੍ਹਿਆ ਗਾ। ਅਤੇ ਚਲੋ ਜੀ ਹੁਣ ਆਪਾਂ ਆਪਣੇ ਜੋੜਾ ਘਰ ਦੇ ਵਿੱਚ ਜੋੜੇ ਜਮ੍ਹਾਂ ਕਰਵਾਏ ਹੋਏ ਨੇ, ਆਪਾਂ ਉਹ ਕਢਾਉਂਦੇ ਹਾਂ। ਉਸ ਤੋਂ ਬਾਅਦ ਆਪਾਂ ਚੱਲਦੇ ਹਾਂ। ਆ ਗਏ ਘਰ, 5:45 ਹੋ ਗਿਆ ਆਪਾਂ ਨੂੰ ਘਰ ਆਉਂਦਿਆਂ ਨੂੰ। ਸਾਰਾ ਦਿਨ ਉੱਥੇ ਲੱਗ ਗਿਆ, ਥੱਕ ਗਏ ਜਮ੍ਹਾਂ, ਬੁਰਾ ਹਾਲ ਹੋਇਆ ਪਿਆ। ਹੁਣ ਆਪਾਂ ਮੱਝਾਂ ਨੂੰ ਪਾਣੀ ਪਿਆਵਾਂਗੇ, ਪਿੰਦਰ ਨੇ ਬੰਨਤੀ ਸੀ ਇਹ ਘਰੇ ਸੀ। ਅਤੇ ਅਸੀਂ ਨੇ ਅੱਜ ਪਹਿਲੀ ਵਾਰ ਕਿਸ਼ਤੀ ਦੇ ਵਿੱਚ ਝੂਟੇ ਲਏ ਨੇ, ਪਹਿਲਾਂ ਅਸੀਂ ਨਹੀਂ ਕਦੇ ਵੀ ਲਏ। ਪਹਿਲਾਂ ਚੰਡੋਲ ਦੀ ਸਲਾਹ ਬਣੀ ਸੀ ਪਰ ਡਰ ਬਹੁਤ ਲੱਗਿਆ, ਪਰ ਫਿਰ ਵੀ ਵਧੀਆ ਲੱਗਿਆ। ਇਸ ਕਰਕੇ ਥੋੜ੍ਹਾ ਜਿਹਾ ਮੈਂ ਪਹਿਲੀ ਵਾਰੀ ਲਏ ਨੇ ਝੂਟੇ, ਪਹਿਲਾਂ ਕਦੇ ਨਹੀਂ ਲਏ ਜ਼ਿੰਦਗੀ 'ਚ ਅਸੀਂ ਕਦੇ ਵੀ। ਐਤਕੀ ਵੀ ਹੌਸਲਾ ਜਿਹਾ ਰੱਖਿਆ ਵੀ ਸਾਰੇ ਕਹਿਣ ਲੱਗ ਗਏ, ਮੇਰਾ ਮਨ ਨਹੀਂ ਕਰਦਾ ਸੀ ਵੀ, ਨਹੀਂ ਮੈਨੂੰ ਡਰ ਲੱਗਦਾ। ਪਤਾ ਕੀ, ਥੋੜ੍ਹਾ ਜਿਹਾ ਇੱਕ ਧੜਕਣਾ ਕਰਕੇ ਜਦੋਂ ਧੜਕਣਾ ਦੀ ਪ੍ਰੋਬਲਮ ਹੋਵੇ, ਵਾਧੀ ਘੱਟਦੀ ਹੋਵੇ, ਫਿਰ ਡਰ ਲੱਗਦਾ ਵੀ ਐਂ ਨਾ ਹੋ ਜਾਵੇ, ਐਂ ਨਾ ਹੋ ਜਾਵੇ। ਥੋੜ੍ਹਾ ਜਿਹਾ ਡਰ ਲੱਗਿਆ ਇੱਕ ਦੋ ਵਾਰ ਪਰ ਫਿਰ ਠੀਕ ਰਿਹਾ ਵਧੀਆ। ਇਸ ਕਰਕੇ ਚਲੋ ਜੀ ਆਪਾਂ ਵਧੀਆ ਆਪਾਂ ਮੱਥਾ ਟੇਕਿਆ। ਅੱਜ ਸੀੜ ਸੀ ਥੋੜ੍ਹੀ ਜੀ, ਇਸ ਕਰਕੇ ਕਿ ਉਹ ਨਗਰ ਕੀਰਤਨ ਕਰਕੇ ਜ਼ਿਆਦਾ ਲੋਕ ਉੱਧਰ ਹੁੰਦੇ ਨੇ। ਦੋਨੇ ਪਾਸੇ ਆਪਾਂ ਵਧੀਆ ਮੱਥਾ ਟੇਕਿਆ, ਵਧੀਆ ਦਰਸ਼ਨ ਕੀਤੇ ਜੀ। ਚਲੋ ਜੀ ਆਪਾਂ ਹੁਣ ਆਪਾਂ ਕੰਮ ਕਰਦੇ ਹਾਂ। 5:00 ਸਬਜ਼ੀ ਸੁਬਜ਼ੀ ਰੱਖਦੇ ਹਾਂ, ਮੱਝਾਂ ਦਾ ਦੇਖਦੇ ਹਾਂ। ਅੱਜ ਵਾਲੇ ਬਲੌਗ ਦਾ ਐਂਡ ਇੱਥੇ ਹੀ, ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ। ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ।